ਮੈਨਚੈਸਟਰ ਯੂਨਾਈਟਿਡ ਦਾ ਫੈਨ ਬਲੀਏ, ਟਰੈਕ ਦਾ ਨਾਮ ਹੈ ਅਤੇ ਅਸੀਂ ਇਹ ਟਰੈਕ ਵੈਸੇ ਹੀ ਗਾ ਕੇ ਫੇਸਬੁੱਕ 'ਤੇ ਅਪਲੋਡ ਕੀਤਾ ਸੀਗਾ ਅਤੇ ਸਾਡੇ ਇੱਕਦਮ ਟਰੈਕ ਇੱਕ ਦਿਨ 'ਚ ਹੀ ਵਾਇਰਲ ਹੋ ਗਿਆ ਅਤੇ ਉੱਥੋਂ ਸਾਨੂੰ ਬਹੁਤ ਪ੍ਰਮੋਸ਼ਨ ਮਿਲੀ ਕਿ ਤੁਸੀਂ ਇਹ ਟਰੈਕ ਨੂੰ ਐਜ਼ ਏ ਮਿਊਜ਼ਿਕ ਦੇ ਨਾਲ ਐਜ਼ ਏ ਵੀਡੀਓ ਦੇ ਨਾਲ ਕੱਢੋ। ਸੋ ਆਲ ਓਵਰ ਦਾ ਵਰਲਡ ਮੈਨਚੈਸਟਰ ਯੂਨਾਈਟਿਡ ਫੈਨਸ ਨੇ ਬਹੁਤ ਸਪੋਰਟ ਕੀਤੀ ਹੈ ਜੀ, ਸਪੈਸ਼ਲੀ ਯੂਕੇ ਤੋਂ ਅਤੇ ਯੂਕੇ ਤੋਂ ਹੋਰ ਵੀ ਬਹੁਤ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਉਹਨਾਂ ਨੇ ਚਾਂਸ ਮਿਲਿਆ ਗੱਲ ਕਰਨ ਦਾ। ਉਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਟਰੈਕ ਰੈਡੀ ਕਰੋ। ਸੋ ਫਾਈਨਲੀ ਅਸੀਂ ਕੈਨੇਡਾ ਜਾ ਕੇ ਟਰੈਕ ਸ਼ੂਟ ਕੀਤਾ ਜੀ ਅਤੇ ਹੁਣ ਟਰੈਕ ਰੈਡੀ ਹੈ ਅਤੇ ਕੱਲ੍ਹ ਤੁਹਾਡੇ ਰੂਬਰੂ ਟਰੈਕ ਲੈ ਕੇ ਆ ਰਹੇ ਹਾਂ। ਹਾਂਜੀ, ਸੋ ਗਾਣਾ ਇੱਦਾਂ ਐਕਚੁਲੀ ਪਹਿਲਾਂ ਸਟਾਰਟ ਕੀ ਹੋਇਆ ਸੀ ਕਿ ਅਸੀਂ ਮੇਰਾ ਫਰੈਂਡ ਯੂਕੇ ਸੀਗਾ ਜੀ ਅਤੇ ਇਹਨਾਂ ਦੇ ਕਜ਼ਨ ਸੀਗੇ ਉੱਥੇ, ਇਹ ਐਜ਼ ਏ ਮੈਚ ਦੇਖਣ ਗਏ ਸਪੋਰਟਸ ਬਾਰ ਦੇ ਵਿੱਚ ਅਤੇ ਉੱਥੇ ਇਹਨਾਂ ਦੀ ਇੱਕ ਫਰੈਂਡ ਆਈ ਉਹਨਾਂ ਦੇ ਕਜ਼ਨਸ ਦੀ ਅਤੇ ਉਹਨਾਂ ਨਾਲ ਫੁੱਟਬਾਲ ਦੀ ਗੱਲਾਂ ਚੱਲ ਪਈਆਂ ਰਾਈਟ, ਅਤੇ ਉਹ ਕਹਿੰਦੇ ਕਿ ਤੁਸੀਂ ਕਿਹੜੇ ਕਲੱਬ ਨੂੰ ਸਪੋਰਟ ਕਰਦੇ ਹੋ? ਅਸੀਂ ਕਿਹਾ ਵੀ ਅਸੀਂ ਤਾਂ ਮੈਨ ਯੂਨਾਈਟਿਡ ਨੂੰ ਸਪੋਰਟ ਕਰਦੇ ਹਾਂ ਰਾਈਟ। ਉਹ ਕਹਿੰਦੀ ਮੈਨੂੰ ਤਾਂ ਲਿਵਰਪੂਲ ਅਤੇ ਆਰਸਨਲ ਪਸੰਦ ਆ, ਕਹਿੰਦੀ ਮੈਸੀ ਵੀ ਬਹੁਤ ਵਧੀਆ ਖੇਡਦਾ ਅਤੇ ਮੈਨੂੰ ਬਾਰਸਲੋਨਾ ਵੀ ਬਹੁਤ ਟੀਮ ਪਸੰਦ ਆ ਰਾਈਟ। ਅਤੇ ਅਸੀਂ ਕਿਹਾ ਜੇ ਬੰਦਾ ਇੱਕ ਟੀਮ ਦਾ ਫੈਨ ਹੁੰਦਾ ਤਾਂ ਇੱਕੋ ਦਾ ਹੀ ਹੁੰਦਾ, ਮਤਲਬ ਸਾਰਿਆਂ ਨੂੰ ਨਹੀਂ ਫੋਲੋ ਕਰਦਾ। ਸੋ ਉੱਥੋਂ ਮੈਨੂੰ ਇੱਕ ਆਈਡੀਆ ਆਇਆ ਅਤੇ ਅਸੀਂ ਉਹਦੇ ਚੰਦ ਲਾਈਨਾਂ ਲਿਖੀਆਂ ਸੀ। ਉਹ ਕੁੜੀ ਬਾਰਸਾ ਨੂੰ ਫੋਲੋ ਕਰਦੀ, ਮੁੰਡਾ ਯੂਨਾਈਟਿਡ ਦਾ ਫੈਨ ਬੱਲੀਏ, ਕਹਿੰਦੀ ਮੈਸੀ ਤੋਂ ਵੀ ਅੱਤ ਕੋਈ ਨਾ, ਸਾਡਾ ਰੂਨੀ ਪੂਰਾ ਕੈਮ ਬੱਲੀਏ, ਮੈਂ ਯੂਨਾਈਟਿਡ ਦਾ ਫੈਨ ਬੱਲੀਏ। ਐਕਚੁਲੀ ਟੋਰੋਂਟੋ ਦੀ ਮਿਊਜ਼ਿਕ ਕੰਪਨੀ ਹੈ ਜੀ, ਐਕਸ ਡੀ ਪ੍ਰੋ ਮਿਊਜ਼ਿਕ, ਜਿਹਨਾਂ ਨਾਲ ਅਸੀਂ ਮਿਊਜ਼ਿਕ ਕੀਤਾ ਅਤੇ ਉਹਨਾਂ ਦੇ ਥਰੂ 13th ਨੂੰ ਸਵੇਰੇ 10 ਵਜੇ ਰਿਲੀਜ਼ ਹੋ ਗਈ। ਇਹਦੀ ਵੀਡੀਓ ਵੀ ਮਿਸੀਸਾਗਾ ਸ਼ੂਟ ਹੋਈ ਹੈ ਜੀ, ਮਿਸੀਸਾਗਾ ਸ਼ੂਟ ਲਏ ਸੀ, ਟੋਰੋਂਟੋ ਡਾਊਨ ਟਾਊਨ ਲਏ ਸੀਗੇ ਜੀ, ਬਾਕੀ ਸਾਰਾ ਬਾਰਿਸ਼ ਸੈਟਅਪ। ਸਾਨੂੰ ਮੈਸੇਜਿਸ ਜੀ ਵਰਲਡ ਵਾਈਡ, ਮੈਂ ਤਾਂ ਤੁਹਾਨੂੰ ਦੱਸ ਰਿਹਾ, ਯੂਕੇ ਤੋਂ ਬਹੁਤ ਆਏ, ਫਿਰ ਸਾਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਮਤਲਬ ਆਲ ਓਵਰ ਦਾ ਵਰਲਡ ਮੈਸੇਜ ਆ ਰਹੇ ਸੀ, ਕਿਉਂਕਿ ਇੱਕ ਜਿਹੜੇ ਮੈਨਚੈਸਟਰ ਯੂਨਾਈਟਿਡ ਫੈਨ ਬੇਸ ਆ ਉਹ ਆਲ ਓਵਰ ਦਾ ਵਰਲਡ ਆ ਰਾਈਟ। ਅਤੇ ਸਾਨੂੰ ਜਿਵੇਂ ਯੂਕੇ ਤੋਂ ਮੈਨੂੰ ਵਾਇਬਲ ਨਹੀਂ ਥੋੜ੍ਹਾ ਜਿਹਾ ਲੱਗਿਆ ਉੱਥੇ ਜਾਣਾ, ਕਿਉਂਕਿ ਮੇਰੇ ਕੋਲ ਉੱਥੇ ਵੀਜ਼ਾ ਨਹੀਂ ਸੀ, ਕੈਨੇਡਾ US ਦਾ ਮੇਰੇ ਕੋਲ ਵੀਜ਼ਾ ਸੀ, ਸੋ ਮੈਨੂੰ ਉੱਥੇ ਵਾਇਬਲ ਲੱਗਿਆ ਕਿ ਮੈਂ ਉੱਥੇ ਜਾ ਕੇ ਅੱਗੇ ਵੀਡੀਓ 'ਤੇ ਵੀ ਅਤੇ ਹਾਂਜੀ ਵਰਲਡ ਵਾਈਡ ਯੂਟਿਊਬ 'ਤੇ। ਨੈਕਸਟ ਸਾਡਾ ਦਿਲਜੀਤ ਦੋਸਾਂਝ ਦੀ ਟੀਮ ਗੁਰਦਾਸ ਮੀਡੀਆ ਵਰਕਸ ਦੇ ਨਾਲ ਅਗਲਾ ਗੀਤ ਵੀ ਤਿਆਰ ਹੈ ਜੀ, ਵੀਡੀਓ ਵੀ ਤਿਆਰ ਆ ਅਤੇ ਉਹ ਪਾਈਪਲਾਈਨ ਦੇ ਵਿੱਚ ਹੀ ਹੈ ਜੀ, ਅਤੇ ਉਸ ਤੋਂ ਬਾਅਦ 5-6 ਗੀਤ ਸਾਡੇ ਹੋਰ ਤਿਆਰ ਨੇ, ਉਹ ਸਾਰੇ ਅਸੀਂ ਵਨ ਟੂ ਵਨ ਇੱਕ ਦੂਜੇ ਦੇ ਬਾਅਦ ਕੱਢੀ ਜਾਣੇ। ਹਾਂਜੀ, ਅੱਜ ਇੱਕ ਲਾਈਵ ਪਰਫੋਰਮੈਂਸ ਵੀ ਕਰ ਰਹੇ ਹਾਂ ਐਜ਼ ਏ ਪ੍ਰਮੋਸ਼ਨਲ ਪਰਫੋਰਮੈਂਸ ਅਤੇ ਹਾਂਜੀ ਪੰਜਾਬ ਦੇ ਹੋਰ ਸ਼ਹਿਰਾਂ 'ਚ ਮੋਸਟਲੀ ਦਿੱਲੀ ਤੋਂ ਮੈਨੂੰ ਕਾਲ ਆਈਆਂ, ਦਿੱਲੀ ਮੁੰਬਈ, ਕਿਉਂਕਿ ਉੱਥੇ ਯੂਨਾਈਟਿਡ ਫੈਨ ਕਲੱਬ ਬਹੁਤ ਜ਼ਿਆਦਾ, ਉੱਥੇ ਫੈਨ ਬੇਸ ਬਣੇ ਹੋਏ ਆ। ਸੋ ਮੇ ਬੀ ਹੁਣ ਮੈਂ ਦਿੱਲੀ ਜਾਵਾਂ ਇਸ ਤੋਂ ਬਾਅਦ, ਕਿਉਂਕਿ ਉੱਥੋਂ ਮੈਨੂੰ ਕਾਲ ਆਈ ਆ। ਜਗ ਯਾਦ ਕਰਦਾ ਓ ਅਰਸ ਬੁੱਲੇ, ਅਸੀਂ ਕਹਾਉਣ ਚੱਲੇ ਓ ਕੁੜਤੇ ਚਾਦਰੇ ਪੱਗਾਂ ਦੇ ਵੱਟ ਕੱਢਿਓ, ਕੋਕੇ ਖੁੰਡਿਆਂ ਉੱਤੇ ਜੜਾਉਣ ਚੱਲੇ, ਸਾਨੂੰ ਵੇਖ ਹਾਰਾਂ ਵੀ ਹਾਰ ਗਈਆਂ, ਸ਼ੌਕੀ ਜਿੱਤ ਦੇ ਢੋਲ ਵਜਾਉਣ ਚੱਲੇ, ਮੁੱਛਾਂ ਕੁੰਡੀਆਂ ਅੱਖਾਂ ਨਾਲ ਗੱਲ ਕਰਦੇ ਹੋ, ਬੱਕਰੇ ਉੱਡਿਆ ਤੇ ਡਾਂਗਾ ਦਰਿਆ ਵੀ ਕਹਿੰਦੇ ਸੋਹਣੇ ਦੇ ਗਰਦਨਾ ਲੰਮੀਆਂ ਮਣਕ ਨਾਲ ਪੱਬ ਰੱਖਦੇ ਵੀ ਚਿੱਟੇ ਚਾਦਰੇ, ਉਹ ਚਾਦਰੇ ਸੁਮਰ ਗਏ ਧਰਤੀ, ਚਿੱਟੇ ਚਾਦਰੇ ਸੁਮਰਦੇ ਧਰਤੀ, ਡੱਬਾ ਵਿੱਚ ਬੰਦ ਬੋਤਲਾ ਪਾਸੇ ਹਟ ਜਾ ਜਗਾ ਨੂੰ ਰਾਹ ਛੱਡਦੇ ਰੇਸ਼ਮੀ ਗਰਾਰੇ ਵਾਲੀਏ, ਗਾਉਂ ਦੇ ਕਲੀਆਂ ਉਹ ਕਲੀਆਂ ਕੰਨਾਂ ਤੇ ਹੱਥ ਧਰ ਕੇ, ਗਾਉਂ ਦੇ ਕਲੀਆਂ ਕਲੀਆਂ ਕੰਨਾਂ ਤੇ ਹੱਥ ਧਰ ਕੇ ਖੜੀ ਹੋ ਕੇ ਤੂੰ ਵੀ ਸੁਣ ਲੈ ਨਾਰੇ ਨਾਰੇ, ਚਿੱਟਾਂ ਦੇ ਪੁੱਤ ਪਾਉਣ ਬੋਲੀ ਆ ਰੀ ਮੁਟਿਆਰੇ, ਉਹ ਮੁਟਿਆਰੇ ਉਹ ਮੁਟਿਆਰੇ।
ਐਸੀ ਤੋਂ ਵੀ ਅੱਤ